ਕਿਸਾਨਾਂ ਦੀ ਨੀਂਦ ਉਡਾਉਣ ਵਾਲੇ ਆਏ ਪੁਲਿਸ ਅੜਿੱਕੇ। ਟ੍ਰਾਂਸਫਾਰਮ ਵਿੱਚੋਂ ਤੇਲ ਅਤੇ ਮੋਟਰ ਦੀਆਂ ਤਾਰਾਂ ਚੋਰੀ ਕਰਨ ਵਾਲਾ ਗਰੋਹ ਪੁਲਿਸ ਨੇ ਕੀਤਾ ਕਾਬੂ। ਗਰੋਹ ਦੇ 8 ਮੈਂਬਰ ਹੋਏ ਹਨ ਕਾਬੂ। ਉਹਨਾਂ ਕੋਲੋਂ 300 ਫੁੱਟ ਤਾਰ, 100 ਲੀਟਰ ਤੇਲ ਬਰਾਮਦ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਪੁਲਿਸ ਨੇ ਮੁਕੱਦਮਾ ਕੀਤਾ ਦਰਜ। ਪੁਲਿਸ ਨੇ ਦੋਸ਼ੀਆਂ ਨੂੰ ਲਿਆ ਰਿਮਾਂਡ 'ਤੇ। ਉਹ ਤੁਹਾਨੂੰ ਲੈ ਚੱਲਦੇ ਹਾਂ ਪੂਰੀ ਖਬਰ ਵੱਲ। ਇਹ ਖਬਰ ਬਾਘਾ ਪੁਰਾਣਾ ਪੁਲਿਸ ਵੱਲੋਂ ਖੇਤਾਂ ਵਿੱਚੋਂ ਹੋ ਰਹੀਆਂ ਚੋਰੀਆਂ ਤੋਂ ਕਿਸਾਨਾਂ ਨੂੰ ਨਿਜਾਤ ਦਿਵਾਉਂਦੇ ਹੋਏ ਚੋਰ ਗਰੋਹ ਨੂੰ ਕਾਬੂ ਕੀਤਾ ਹੈ। ਬਾਘਾ ਪੁਰਾਣਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਗਰੋਹ ਦੇ 8 ਮੈਂਬਰਾਂ ਨੂੰ ਸਮੇਤ ਚੋਰੀ ਦੇ ਸਮਾਨ ਫੜ ਲਿਆ ਹੈ। ਮਾਨਯੋਗ SSP ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਇੱਕ ਕੁਛ ਦਿਨ ਪਹਿਲਾਂ ਕਿਸਾਨ ਯੂਨੀਅਨ ਲੱਖੋਵਾਲ ਗਰੁੱਪ ਦੇ ਜਿਹੜੇ ਜਥੇਬੰਦੀ ਉਹਨਾਂ ਵੱਲੋਂ ਇੱਕ ਨਿਊਜ਼ ਵੀ ਲਗਾਈ ਗਈ ਸੀ ਕਿ ਜਿਹੜੀਆਂ ਪਿੰਡਾਂ ਦੇ ਵਿੱਚ ਕਾਫੀ ਜਿਹੜੀਆਂ ਤਾਰਾਂ ਨੂੰ ਲੈ ਕੇ ਟ੍ਰਾਂਸਫਾਰਮਰਾਂ ਨੂੰ ਲੈ ਕੇ ਤੇਲ ਨਿਕਲ ਰਿਹਾ, ਉਹਦੀਆਂ ਚੋਰੀਆਂ ਵਗੈਰਾ ਹੋ ਰਹੀਆਂ। ਸੋ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਮਾਨਯੋਗ DSP ਸਾਹਿਬ ਜੀ ਦੀ ਅਗਵਾਈ ਹੇਠ ਸਾਨੂੰ ਕੱਲ੍ਹ ਕਾਫੀ ਭਾਰੀ ਸਫਲਤਾ ਹਾਸਲ ਹੋਈ, ਕਿਉਂਕਿ ਜਸਵੀਰ ਸਿੰਘ ਜਿਹੜੇ ਚੰਨੂਵਾਲਾ ਦੇ ਰਹਿਣ ਵਾਲੇ ਆ, ਕੁਝ ਦਿਨ ਪਹਿਲਾਂ ਉਹਨਾਂ ਦੇ ਟ੍ਰਾਂਸਫਾਰਮਰ ਦੇ ਵਿੱਚੋਂ ਵੀ ਤੇਲ ਨਿਕਲ ਗਿਆ ਸੀ। ਸੋ ਉਹਦੀ ਸਾਡੇ ਕੋਲ ਥੋੜ੍ਹੀ ਇਨਫੋਰਮੇਸ਼ਨ ਸੀ, ਉਹਨਾਂ ਨੇ ਬਿਆਨ ਲਿਖਾਇਆ ਜਿਸ ਨੂੰ ਲੈ ਕੇ ਅਸੀਂ FIR ਨੰਬਰ 78 ਕੱਲ੍ਹ ਦੀ ਮਿਤੀ ਦੇ ਵਿੱਚ 379 IPC ਦੇ ਵਿੱਚ ਦਰਜ ਰਜਿਸਟਰ ਕੀਤੀ ਗਈ। ਉਸ ਤੋਂ ਬਾਅਦ ਉਹਦੀ ਤਫਤੀਸ਼ ਨੂੰ ਅੱਗੇ ਲਿਜਾਂਦੇ ਹੋਏ ਜਿਹੜੇ ਚੰਨੂਵਾਲਾ ਰੋਡ ਤੋਂ ਸਾਨੂੰ ਇਨਫੋਰਮੇਸ਼ਨ ਦੇ ਆਧਾਰ 'ਤੇ ਜਿਹੜੇ 8 ਦੋਸ਼ੀਆਂ ਨੂੰ ਜਿਹੜਾ ਸੀ ਕਾਬੂ ਕੀਤਾ ਗਿਆ। 8 ਦੋਸ਼ੀਆਂ ਨੇ ਕਾਬੂ ਕਰਕੇ ਉਹਨਾਂ ਦੀ ਪੁੱਛਗਿੱਛ ਕੀਤੀ ਗਈ, ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਕਰੀਬ 100 ਲੀਟਰ ਜਿਹੜਾ ਟ੍ਰਾਂਸਫਾਰਮਰਾਂ ਦਾ ਜਿਹੜਾ ਚੋਰੀ ਕੀਤਾ ਹੋਇਆ ਲੋਕਾਂ ਦਾ ਤੇਲ ਸੀਗਾ ਉਹ ਬਰਾਮਦ ਕੀਤੀਆਂ ਗਈਆਂ ਕੇਨੀਆਂ, ਅਤੇ 300 ਫੁੱਟ ਦੇ ਕਰੀਬ ਜਿਹੜੀ ਕੇਬਲ ਤਾਰ ਹੁੰਦੀ ਹੈ ਮੋਟਰਾਂ ਨੂੰ ਜਾਂਦੀ ਹੈ ਉਹ ਚੋਰੀ ਕੀਤੀ ਹੋਈ ਸੀ, ਉਹ ਵੀ ਅਸੀਂ ਜਿਹੜੀ ਬਰਾਮਦ ਕੀਤੀ ਹੈ। ਅਤੇ ਇੱਕ ਮੋਟਰਸਾਈਕਲ ਜਿਹੜੇ ਨੂੰ ਇਹ ਯੂਜ਼ ਕਰਦੇ ਸੀ ਅਸੀਂ ਉਹ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ, ਜਿਹਦੇ 'ਤੇ ਪਿੰਡਾਂ ਦੇ ਵਿੱਚੋਂ ਗਵਾਹੇ ਰਾਤ ਨੂੰ ਚੋਰੀਆਂ ਕਰਕੇ ਲੈ ਕੇ ਆਉਂਦੇ ਸਨ। ਸੋ ਅੱਜ ਅਸੀਂ ਇਹਨਾਂ ਦਾ ਜਿਹੜਾ ਪੁਲਿਸ ਰਿਮਾਂਡ ਲਿਆ, ਪੁਲਿਸ ਰਿਮਾਂਡ ਦੇ ਦੌਰਾਨ ਸਾਨੂੰ 6 ਜਿਹੜੇ ਦੋਸ਼ੀ ਉਹਨਾਂ ਦਾ ਪੁਲਿਸ ਰਿਮਾਂਡ 2 ਦਿਨ ਦਾ ਮਿਲ ਚੁੱਕਿਆ, ਅਤੇ 2 ਦੋਸ਼ੀ ਜਿਹੜੇ ਸਤਨਾਮ ਸਿੰਘ ਅਤੇ ਜਸਪ੍ਰੀਤ ਸਿੰਘ ਜਿਹੜੇ ਜੁਵਨਾਈਲ ਸੀ ਜਿਨ੍ਹਾਂ ਦੀ ਉਮਰ 16-17 ਸਾਲ ਸੀ, ਸੋ ਉਹਨਾਂ ਨੂੰ ਅਸੀਂ ਜੇਲ੍ਹ ਫਰੀਦਕੋਟ ਭੇਜਿਆ ਗਿਆ। ਅੱਗੇ ਤਫਤੀਸ਼ ਜਾਰੀ ਹੈ। ਇਹਦੇ ਵਿੱਚ ਜਿਹੜੇ 1-2 ਕਬਾੜੀ ਹੈ ਉਹਨਾਂ ਦਾ ਇਹਨਾਂ ਨਾਮ ਲਿਆ ਜੋ ਸਾਹ ਵਾਲੀ ਬਸਤੀ ਦੇ ਰਹਿਣ ਵਾਲੇ ਨੇ, ਅਤੇ 1-2 ਫੇਰੀ ਵਾਲੇ ਨੇ ਜਿਹੜੇ ਜਿਨ੍ਹਾਂ ਦਾ ਨਾਮ ਲਿਆ ਸੀ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਵਾਂਗੇ, ਅਤੇ ਹੋਰ ਵੀ ਜਿਹੜੀ ਕਾਫੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ। ਇਹ ਜਿਹੜੇ ਦੋਸ਼ੀ ਹੈ ਇਹ ਬੜੇ ਹੀ ਚੁਸਤ ਅਤੇ ਚਲਾਕ ਨੇ, ਪਹਿਲਾਂ ਵੀ ਇਹਨਾਂ ਦੇ ਉੱਪਰ ਚਿੜਕ ਥਾਣੇ ਅਤੇ ਸਮਾਲਸਰ ਥਾਣੇ ਅਤੇ ਨਿਹਾਲ ਸਿੰਘ ਵਾਲੇ ਥਾਣੇ ਦੇ ਵਿੱਚ ਪਰਚੇ ਦਰਜ ਨੇ। 2 ਦੋਸ਼ੀ ਜਿਹੜਾ ਹਰਪ੍ਰੀਤ ਹੈ ਉਹਦੇ ਉੱਪਰ ਕਾਫੀ ਪਰਚੇ ਦਰਜ ਨੇ, ਲਖਵੀਰ ਸਿੰਘ ਦੇ ਉੱਪਰ ਵੀ ਜਿਹੜੇ ਚੋਰੀ ਦੇ ਪਰਚੇ ਦਰਜ ਨੇ। ਇਹ ਜਿਹੜਾ ਸਰਗਣਾ ਇਹਨਾਂ ਨੇ ਸਾਰਾ ਗੈਂਗ, ਸੋ ਅਸੀਂ ਟਰੇਸ ਕੀਤਾ ਹੈ। ਇਹਨਾਂ ਦੇ ਹੋਰ ਵੀ ਜਿਹੜੇ ਦੋਸ਼ੀ ਕਾਬੂ ਆ ਸਕਦੇ ਹਨ। ਇੱਕ ਇਹਨਾਂ ਦੇ ਵਿੱਚ ਆਇਆ ਇੱਕ ਕੋਈ ਚਿੱਟਾ ਹੱਥੀ ਵੀ ਯੂਜ ਕਰਦੇ ਜਿਹਦੇ ਉੱਪਰ ਇਹ ਲੈ ਕੇ ਆਉਂਦੇ ਨੇ ਲੱਦ ਕੇ, ਅਸੀਂ ਉਹ ਵੀ ਜਲਦੀ 1-2 ਦਿਨਾਂ ਦੇ ਵਿੱਚ ਬਰਾਮਦ ਕਰ ਲਵਾਂਗੇ, ਅਤੇ ਅੱਗੇ ਤਫਤੀਸ਼ ਜਾਰੀ। IPC ਦੇ ਅਧੀਨ ਜਿਹੜਾ ਇਹਨਾਂ ਦੇ ਖਿਲਾਫ਼ ਪਰਚਾ ਦਰਜ ਹੋ ਚੁੱਕਾ। ਸਰ ਕਿੱਥੋਂ ਦੇ ਰਹਿਣ ਵਾਲੇ ਜੀ ਇਹ? ਇਹ ਜਿਹੜੇ 2 ਦੋਸ਼ੀ ਨੇ ਉਹ ਤਾਂ ਆਪਣੇ 6 ਦੋਸ਼ੀ ਸਮਾਧ ਭਾਈ ਦੇ ਰਹਿਣ ਵਾਲੇ ਨੇ, ਅਤੇ 2 ਦੋਸ਼ੀ ਨੇ ਜਿਹੜੇ ਸਿੰਘਾਂ ਵਾਲੇ ਦੇ ਰਹਿਣ ਵਾਲੇ ਨੇ। ਸਰ ਜਿਵੇਂ ਸ਼ਹਿਰ ਦੇ ਵਿੱਚ ਵੀ ਨਿੱਕੀਆਂ ਨਿੱਕੀਆਂ ਚੋਰੀਆਂ ਹੋ ਰਹੀਆਂ ਪਰ ਕਈ ਵਾਰੀ ਤੁਹਾਡੇ ਕੋਲ ਸ਼ਿਕਾਇਤ ਨਹੀਂ ਪਹੁੰਚਦੀ, ਤਾਂ ਕੀ ਵਾਰਨਿੰਗ ਦੇਣਾ ਚਾਹੋਗੇ ਇਹੋ ਜਿਹੇ ਲੋਕਾਂ ਨੂੰ ਜੋ ਦੁਕਾਨਾਂ ਤੋਂ ਸਮਾਨ ਚੱਕ ਕੇ ਭੱਜ ਜਾਂਦੇ ਹਨ? ਅਸੀਂ ਤਾਂ ਇਹੀ ਵਾਰਨਿੰਗ ਦੇਣੀ ਚਾਹੁੰਦੇ ਹਾਂ, ਵਾਰਨਿੰਗ ਨਹੀਂ ਸਮਾਂ, ਅਸੀਂ ਬੇਨਤੀ ਕਰਦੇ ਹਾਂ ਲੋਕਾਂ ਨੂੰ ਕਿ ਜੇਕਰ ਕਿਸੇ ਤਰ੍ਹਾਂ ਦੀ ਇਹੋ ਜਿਹੀ ਕੋਈ ਨਿੱਕੀ ਮੋਟੀ ਚੋਰੀ ਹੁੰਦੀ ਹੈ ਸਾਡੇ ਤੁਰੰਤ ਧਿਆਨ ਦੇ ਵਿੱਚ ਲਿਆਂਦਾ ਜਾਵੇ,
ਕਿਉਂਕਿ ਹੁਣ ਕੱਲ ਪਰਸੋਂ ਵੀ ਮੈਨੂੰ ਇੱਕ ਇਨਫੋਰਮੇਸ਼ਨ ਆਈ, ਕਹਿੰਦੇ ਕੋਈ ਸਾਡੀ ਦੁਕਾਨ ਦੇ ਉੱਤੋਂ ਕੋਈ ਠੰਡਾ ਵਗੈਰਾ ਲੈ ਕੇ ਚਲਾ ਗਿਆ। ਤੋ ਸੋ ਇਹੋ ਜਿਹੀਆਂ ਜਿਹੜੀਆਂ ਵਾਰਦਾਤਾਂ ਉਹ ਨਿੱਕੀਆਂ ਵਾਰਦਾਤਾਂ, ਜਦੋਂ ਉਹਨਾਂ ਨੂੰ ਹੌਸਲੇ ਹੋ ਜਾਂਦੇ ਫਿਰ ਉਹ ਵੱਡੀਆਂ ਵਾਰਦਾਤਾਂ ਕਰਨ ਲੱਗ ਜਾਂਦੇ ਆ। ਜੇਕਰ ਉਹਨੂੰ ਉੱਥੇ ਹੀ ਨੱਥ ਪਾਈ ਜਾਵੇ ਤਾਂ ਫਿਰ ਉਹ ਅੱਗੇ ਤੋਂ ਜਿਹੜਾ ਵਾਰਦਾਤ ਕਰਨ ਤੋਂ ਗੁਰੇਜ਼ ਕਰਦੇ ਹਨ। ਇਸ ਕਰਕੇ ਅਸੀਂ ਇਹ ਲੋਕਾਂ ਨੂੰ ਕਹਿ ਰਹੇ ਹਾਂ, ਸੂਚਿਤ ਵੀ ਕਰ ਰਹੇ ਹਾਂ ਕਿ ਜੇਕਰ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਚੋਰੀ ਦੀ ਇਨਫੋਰਮੇਸ਼ਨ ਮਿਲਦੀ ਹੈ ਉਹਨੂੰ ਦਰਗੁਜ਼ਰ ਨਾ ਕਰਿਆ ਕਰੋ, ਸਮਾਂ ਠਾਣੇ ਆ ਕੇ ਸਾਡੇ ਕੋਲ ਕੰਪਲੇਂਟ ਦਿਆ ਕਰੋ, ਅਸੀਂ ਉਹਦਾ ਪਿੱਛਾ ਕਰੀਏ, CCTV ਫੁਟੇਜ ਦਾ ਅਸੀਂ ਵਰਤੋਂ ਕਰਕੇ ਉਸ ਦੋਸ਼ੀ ਤੱਕ ਪਹੁੰਚੀਏ ਤਾਂ ਜੋ ਕਿ ਅੱਗੇ ਹੋਰ ਅਣਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ।